ਜਿਹੜਾ ਖੰਡੂਰ ਸਾਹਿਬ ਹਲਕੇ ਦੇ 20 ਲੱਖ ਵੋਟਰ ਹੈ ਉਹਨਾਂ ਦੀ ਕਿ ਉਹਨਾਂ ਨੂੰ ਰਿਪ੍ਰੈਜੈਂਟੇਸ਼ਨ ਮਿਲਣੀ ਚਾਹੀਦੀ ਹੈ। ਜਦੋਂ ਅੰਮ੍ਰਿਤਪਾਲ ਦੇ ਕਾਗਜ਼ ਦਾਖਲ ਕੀਤੇ ਆ ਉਹਨੇ, ਤਾਂ ਉਦੋਂ ਮੁੱਖ ਮੰਤਰੀ ਕਿੱਥੇ ਸੀ? ਜੇ ਇਹਨੂੰ ਜੇ ਉਹ ਗਲਤ ਸੀ ਤਾਂ ਉਹਦੇ ਕਾਗਜ਼ ਰੋਕਣੇ ਚਾਹੀਦੇ ਸੀ। ਫਿਰ ਜਦੋਂ ਇਲੈਕਸ਼ਨ ਕਮਿਸ਼ਨ ਨੇ ਪਾਸ ਕੀਤੇ, ਉਦੋਂ ਸਰਕਾਰ ਨੇ ਕਿਉਂ ਨਹੀਂ ਓਬਜੈਕਟ ਕੀਤਾ ਕਿ ਇਹ ਗਲਤ ਬੰਦਾ, ਇਹਦੇ ਇਹ MP ਨਹੀਂ ਬਣਨਾ ਚਾਹੀਦਾ? ਫਿਰ ਉਹ MP ਬਣ ਗਿਆ। ਜਦੋਂ ਉਹਨੇ ਸਹੁੰ ਚੱਕੀ ਹੈ, ਉਹਨੂੰ ਡਿਬਰੂਗੜ੍ਹ ਤੋਂ ਲੈ ਕੇ ਆਏ ਹੈ ਅਤੇ ਉੱਥੇ ਸਹੁੰ ਚੁਕਾਈ ਹੈ ਨਾਲ ਹੋ ਕੇ, ਫਿਰ ਉਦੋਂ ਕਿਉਂ ਨਹੀਂ ਰੋਕਿਆ ਵੀ ਇਹ ਗਲਤ ਬੰਦਾ ਸਹੁੰ ਚੱਕਦਾ? ਅਤੇ ਹੁਣ ਜਦੋਂ MP ਬਣ ਗਿਆ, ਸਹੁੰ ਵੀ ਚੱਕ ਲਈ, ਤਾਂ ਉੱਥੇ ਦੇ ਜਿਹੜੇ ਬੰਦੇ ਹੈ ਜਾਂ ਤਾਂ ਇਹਨੂੰ ਕੈਂਸਲ ਕਰਾ ਲੈਣ, ਜੇ ਕਹਿੰਦੇ ਜੀ ਗਲਤ ਹੈ, ਤਾਂ ਉੱਥੇ ਦੇ ਬੰਦਿਆਂ ਨੂੰ ਹੋਰ ਕੋਈ MP ਮਿਲ ਜੇ। ਜਿਹੜੇ ਸਾਡੇ ਖੰਡੂਰ ਸਾਹਿਬ ਦੇ 20 ਲੱਖ ਵੋਟਰ ਹੈ, ਉਹਨਾਂ ਦਾ ਕਿਆ ਬਣੇਗਾ? ਉਹਨਾਂ ਦੀ ਗੱਲ ਕੌਣ ਕਰੇਗਾ? ਮੈਂ